ਕੀ ਕਹਿੰਦਾ ਉਹ ਛੱਡਦਾ ਹੀ ਨਹੀਂ ਪਿਆ, ਦੇਖੀ ਉਹਨੇ ਬਾਂਦਰ ਨੂੰ ਚਿੰਬੜ ਗਿਆ। ਕੀ ਕਿਹਾ? ਸਵੇਰੇ ਸਵੇਰੇ ਤਿਆਰੀ ਹੋਈ ਚੱਲ ਰਹੀ ਹੈ। ਲਾਡੋ ਅੰਦਰ ਗਈ ਹੋਈ ਹੈ ਆਪਣਾ ਰੋਟੀ ਪਾਣੀ ਪੈਕ ਕਰਨ ਵਾਸਤੇ, ਅਤੇ ਆ ਲਵ ਭਿੰਦੀ ਤਿਆਰ ਕਰ ਰਹੀ ਹੈ ਮਨੂ ਨੂੰ। ਸੀਡੀਆਂ ਸਾਫ਼ ਹੋ ਰਹੀਆਂ ਤੇਰੀਆਂ ਸੀਡੀਆਂ। ਹਾਂ ਤੂੰ ਆ ਜਾ ਬਾਂਦਰ, ਉਰੇ ਆ ਉਰੇ, ਤੇਰਾ ਪਟਕਾ ਬੰਨ। ਕਿਆ ਦਿਖਾਊਂਗਾ? ਕਿਆ ਦੇਖ ਤਾਂ ਲਓ ਪਹਿਲਾਂ। ਮੈਂ ਤਾਂ ਦੇਖ ਲੂੰਗਾ। ਓਏ ਬਸ ਕਰ ਹੁਣ, ਆ ਜਾ ਇੱਧਰ ਪਟਕਾ ਬੰਨ। ਚੱਲ ਖੜ ਜਾ ਫਿਰ। ਉਹ ਤੇਰੀ ਤੁਰ ਪਿਆ, ਉਹ ਤੁਰ ਪਿਆ। ਓਏ ਅੱਛਾ ਬਸ ਠੀਕ ਹੈ, ਮੈਂ ਦੇਖ ਲਿਆ ਹੁਣ। ਚਲਾ ਜਾ ਫਿਰ, ਆ ਜਾ ਆ ਜਾ ਪੁੱਤ, ਤਿਆਰ ਕਰਨਾ ਤੈਨੂੰ। ਆ ਜਾ ਮੇਰਾ ਪੁੱਤ, ਤਿਆਰ ਕਰਨਾ ਤੈਨੂੰ। ਆ ਜਾ ਆ ਜਾ ਮੇਰਾ ਪੁੱਤ। ਹੈ ਉਹ ਦੇਖ ਨਵੇਂ ਨਵੇਂ ਕੱਪੜੇ। ਆ ਜਾ ਉਹ ਆ ਜਾ ਹੁਣ। ਫਰੈਂਡਸ ਜਿੰਨਾ ਵੀ ਹੈ ਨਾ, ਇਹਦਾ ਮਾਹੌਲ ਇੱਦਾਂ ਦਾ ਹੀ ਹੈ ਬਸ। ਇਹ ਤਿਆਰ ਹੋਣਾ ਹੀ ਨਹੀਂ, ਪਿੱਛੇ ਪਿੱਛੇ ਨੂੰ ਭੱਜੀ ਜਾਣਾ। ਦੇਖੋ ਬੈੱਡ ਤੇ ਬਿਸਤਰੇ ਪਏ ਆ, ਮੈਂ ਵੀ ਅਜੇ ਬਿਸਤਰੇ 'ਚ ਬਣ ਕੇ ਚਾਹ ਚੂਹ ਪੀਤੀ ਆ। ਇੱਦਾਂ ਤਿਆਰ ਕਰਨਾ ਪੈਂਦਾ ਹਾਂ ਜ਼ਬਰਦਸਤੀ। ਕੀ ਕਹਿੰਦਾ ਉਹ ਛੱਡਦਾ ਹੀ ਨਹੀਂ ਪਿਆ, ਦੇਖੀ ਉਹਨੇ ਬਾਂਦਰ ਨੂੰ ਚਿੰਬੜ ਗਿਆ। ਹੈਂ ਦੇਖ ਲਾ, ਆ ਆ ਸਾਡੇ ਘਰ ਦਾ ਮਾਹੌਲ, ਆ ਹੁੰਦੀ ਸਾਡੀ ਸਵੇਰੇ ਸਵੇਰੇ ਸਵੇਰ। ਆ ਦੇਖੋ ਜੀ ਕੀ ਕਰਦਾ ਪਿਆ, ਦੇਖੀ ਆ ਤਿਆਰ ਹੋਣ ਦਾ ਟਾਈਮ, ਔਰ ਉਡਾਉਂਦਾ ਪਿਆ ਜਹਾਜ਼ ਦੇਖਿਓ। ਔਰ ਲੈ ਵੱਜ ਗਿਆ ਥੱਲੇ, ਹੈ ਇਹਦੇ ਕੰਮ। ਟਾਈਮ ਦੇਖੋ ਕਿੰਨਾ ਹੋ ਗਿਆ, 9:45 ਹੋ ਗਏ। ਪਰ ਇਹਨਾਂ ਨੇ ਹਜੇ ਤੱਕ ਤਿਆਰੀ ਕੋਈ ਨਹੀਂ ਹੈ। ਦੋ ਜਣੇ ਤਿਆਰ ਹੋ ਗਏ, ਲਾਡੋ ਔਰ ਮਨੂ ਤਿਆਰ ਹੋ ਗਈ, ਇਹ ਨਹੀਂ ਹੋਇਆ ਬਾਂਦਰ ਤਿਆਰ। ਪੌਣੀ ਪੌਣੀ ਹੋ ਗਈ, ਕੋਈ ਨਾ ਤਰੀਕ ਦੇ ਕਰੋਨਾ ਤੇਰੀ ਪੌਣੀ ਪੌਣੀ। ਆ ਇਹਦਾ ਬੈਗ ਆ, ਬੂਟ ਪਾਉਣ ਲੱਗੀ ਹੈ, ਬਸ ਇਹਦਾ ਇਹੋ ਜਿਹੇ ਕੰਮ ਹੈ ਇਹਨਾਂ ਦਾ। ਕਰਾਉਣਾ ਤੇਰੀ ਮੱਛੀ। ਹਾਂਜੀ ਗੁੱਡ ਮਾਰਨਿੰਗ ਗਾਇਜ਼, ਕੀ ਹਾਲ ਚਾਲ ਹੈ? ਉਮੀਦ ਕਰਦੇ ਸਾਰੇ ਵਧੀਆ ਹੋਣਗੇ। ਅਤੇ ਹੁਣੇ ਹੁਣੇ ਮੈਂ ਹੋਇਆ ਤਿਆਰ, ਨਿਆਣੇ ਵੀ ਹੋ ਗਏ ਤਿਆਰ। ਦੇਖੋ ਬਹਿ ਗਿਆ ਮੋਟਰਸਾਈਕਲ 'ਤੇ, ਅੱਗੇ ਬਹਿ ਗਿਆ, ਉਹ ਪਿੱਛੇ ਬਹਿ ਗਈ। ਜਿਹੜੀ ਲਾਡੋ ਆ ਉਹ ਤਿਆਰ ਹੋ ਕੇ ਸਾਈਕਲ ਲੈ ਕੇ ਚਲੀ ਗਈ, ਕਿਉਂਕਿ ਸਾਈਕਲ 'ਤੇ ਜਾਂਦੀ ਆ ਉਹ। ਤਾਂ ਹੁਣੇ ਹੁਣੇ ਦੇਖੋ, ਪਹਿਲਾਂ ਬਿਸਤਰੇ ਖਿਲਰੇ ਹੋਏ ਸੀਗੇ, ਹੁਣ ਚੱਕ ਦਿੱਤੇ ਆ, ਮੰਜਾ ਵੀ ਬਾਹਰ ਕੱਢਤਾ। ਆਹ ਮੇਰੀ ਜੈਕਟ ਆ, ਥੋੜ੍ਹੀ ਜਿਹੀ ਪੁਰਾਣੀ ਹੈ, ਆਹ ਹੁਣ ਮੈਂ ਪਾ ਕੇ ਜਾਣੀ ਹੈ। ਵੈਸੇ ਹੈ ਠੀਕ ਆ, ਥੋੜ੍ਹੀ ਜਿਹੀ ਠੰਡ ਹਵਾ, ਠੰਡੀ ਹਵਾ ਰੋਕਣੀ ਹੈ। ਆਹ ਨਾ ਮੈਂ ਲੈਦਰ ਵਾਲੀ ਜੈਕਟ ਪਾਉਣੀ ਹੈ, ਅਤੇ ਨਾ ਮੈਂ ਅੱਜ ਦੂਸਰੀ ਪਾਉਣੀ ਹੈ। ਅੱਗਾ ਬਲੈਕ ਕਲਰ ਦੀ ਜੈਕਟ ਆ, ਇਹ ਵੀ ਨਹੀਂ ਪਾਉਣੀ। ਹਾਂ ਚੱਲ 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 ਚੱਲ, ਪਤਾ ਨਹੀਂ ਇਹਨੇ ਕੀ ਦਿਖਾਉਣਾ ਹੁਣ, ਉੱਪਰ ਚੜ੍ਹ ਕੇ ਦਿਖਾਉਣਾ। ਦਿਖਾ ਦੇ ਜੀ ਉੱਪਰ ਚੜ੍ਹ ਕੇ, ਲਓ ਬਈ ਮਾਰ ਦਿਓ ਜੀ, ਤਾੜੀਆਂ ਮਾਰ ਦਿਓ ਇਹਨੇ ਬਈ। ਉੱਪਰ ਚੜ੍ਹ ਕੇ ਦਿਖਾਉਣਾ ਸੀ, ਦਿਖਾ ਤਾ ਠੀਕ ਹੈ। ਔਰ ਮੋਟਰਸਾਈਕਲ ਸਟਾਰਟ ਖੜਿਆ ਵਾ, ਕਿਉਂਕਿ ਸਵੇਰੇ ਸਵੇਰੇ ਗਰਮ ਕਰਨਾ ਬਹੁਤ ਜ਼ਰੂਰੀ ਹੈ, ਮਿੱਟੀ ਲੱਗੀ ਹੋਈ ਇੱਥੇ ਵੀ। ਹਾਂ ਹਾਂ ਰੁਕ ਜਾ, ਮਿੱਟੀ ਸਾਫ਼ ਕਰਦੀ, ਧੋਆਇਆ ਸੀ ਨਾ ਮੋਟਰਸਾਈਕਲ ਤਾਂ ਕਰਕੇ ਥੋੜ੍ਹਾ ਸਾਫ਼ ਰੱਖ ਲਈਏ। ਫਿਰ ਕਿਤੇ ਜੇ ਪਾਣੀ ਪੂਣੀ ਗੰਦਾ ਆ ਗਿਆ ਕਿਤੇ ਨਾ ਕਿਤੇ,
ਤਾਂ ਫਿਰ ਔਖਾ ਹੋ ਜਾਂਦਾ ਯਾਰ। ਹਾਂ ਬਈ ਦੱਸ। ਅੱਛਾ ਲੈ ਵਜਾਉਣ ਲੱਗ ਗਿਆ ਢੋਲ, ਢੋਲ ਵਜਾ ਕੇ ਦਿਖਾਉਣਾ ਸੀ ਇਹਨੇ। ਚਲੋ ਇਹਨੂੰ ਪਹਿਲਾਂ ਸਕੂਲ ਛੱਡਦੇ ਹਾਂ, ਫਿਰ ਭਿੰਦੀ ਹੁਣ ਲੈ ਕੇ ਜਾਣਾ ਵਾ ਕੰਮ 'ਤੇ। ਭਿੰਦੀ ਕੌਣ ਆ? ਭਿੰਦੀ ਮੇਰੀ ਵਾਈਫ ਆ, ਜਦੋਂ ਸ਼ੋਰਟ ਨੇਮ ਭਿੰਦੀ ਆ, ਉੱਦਾਂ ਨਾਮ ਉਹਦਾ ਭੁਪਿੰਦਰ ਕੌਰ। ਅਤੇ ਪਾਉਂਦੇ ਆ ਜੈਕਟ ਅਤੇ ਛੱਡ ਕੇ ਆਈਏ ਸਕੂਲ ਇਹਨਾਂ ਨੂੰ। ਫਿਰ ਆਇਆ ਜੀ ਮੇਰੇ ਰਾਈਡਿੰਗ ਗਲਵਸ, ਜਦ ਮੈਂ ਕਿਤੇ ਆਉਂਦਾ ਜਾਂਦਾ ਨਾ ਮੈਂ ਇਹੀ ਗਲਵਸ ਪਾਉਂਦਾ ਹੁੰਦਾ, ਪ੍ਰੋ ਬਾਈਕ ਅਤੇ ਟਿਊਬ ਪਾਉਣੀ ਇਹਦਾ ਵੀ ਕੰਮ ਕਰਾਉਣੇ ਵਾਲਾ। ਹੋਰ ਕਹਿੰਦੀ ਹੋਈ ਨਹੀਂ ਤਿਆਰ? ਆਹ ਦੇਖ ਬੂਟਾਂ ਦਾ ਹਾਲ ਦੇਖੀ। ਚੱਲ ਇਹਨੂੰ ਕਰ ਲੈ ਸਾਫ਼ ਮਾੜਾ ਜੀ ਕਿਸੇ ਨਾਲ। ਕੀ ਕਹਿੰਦੇ ਬੂਟਾਂ ਨੂੰ ਉੱਲੀ ਲੱਗੀ? ਕਿੱਧਰੋਂ ਲੱਗੀ ਉੱਲੀ? ਬਿਲਕੁਲ ਸਾਫ਼ ਤਾਂ ਹੈਗੇ ਆ। ਹਾਂਜੀ ਕੁਛ ਨਹੀਂ ਹੋਇਆ ਵਾ ਬੂਟਾਂ ਨੂੰ, ਸਿਰਫ ਮਿੱਟੀ ਵਹੀ ਹੋਈ ਹੋਈ ਉਹਦੇ ਉੱਪਰ। ਅਤੇ ਹੁਣੇ ਚਮਕਾ ਦੇਣੇ ਇਹਨੇ ਦੇਖੀ। ਤੇਰੀ ਹਾਂਜੀ ਬਾਈ ਜੀ ਪਹੁੰਚ ਗਿਆ ਮੈਂ ਘਰੇ, ਆ ਗਿਆ ਆਪਣੇ ਕੋਲ ਵਿਆਹ ਦਾ ਕਾਰਡ ਡੱਬਾ। ਨਿੱਕੇ ਡੱਬੇ ਦੇ ਵਿੱਚ ਨਾ ਬਹੁਤ ਸੋਹਣੀ ਮਠਿਆਈ ਹੈ ਜਿਹੜੀ ਮੇਰੀ ਮੇਰੀ ਫੇਵਰੇਟ ਹੈ। ਅਤੇ ਉਹ ਕੀ ਆ? ਬੇਸਣ ਦੀ ਬਰਫੀ। ਦਿਖਾਉਣਾ ਤੁਹਾਨੂੰ ਬੇਸਣ ਦੀ ਬਰਫੀ, ਬਹੁਤ ਹੀ ਸਵਾਦ ਹੁੰਦੀ ਹੈ, ਮੇਰੀ ਤਾਂ ਫੇਵਰੇਟ ਹੈ। ਪਤਾ ਕਿਉਂ ਫੇਵਰੇਟ ਹੈ? ਇੱਕ ਤਾਂ ਬੇਸਣ ਖਾਣ ਦਾ ਕੋਈ ਨੁਕਸਾਨ ਨਹੀਂ ਹੈਗਾ, ਰੌਲਾ ਪਾਇਆ ਵਿਆਹ ਨਿਆਣਿਆਂ ਨੇ। ਦੇਖੋ ਚਾਰ ਵੱਜ ਕੇ 35 ਮਿੰਟ, ਸੋਰੀ। ਔਰ ਆਹ ਦੇਖ ਉੱਠ ਗਿਆ, ਉੱਠ ਕੇ ਟਾਈਮ ਹੋ ਗਿਆ, ਕਾਰਟੂਨ ਚੱਲ ਰਿਹਾ ਸਾਹਮਣੇ ਅਤੇ ਹੁਣ ਚਾਹ ਦਾ ਟਾਈਮ ਹੈ। ਉਹ ਮਨੂ ਆਈ ਸੀ ਹੁਣੇ ਜੁੱਤੀਆਂ ਖਾਂਦੀ ਬਚ ਗਈ। ਉਹ ਲਾਡੋ ਦਾ ਹੋ ਗਿਆ ਟਿਊਸ਼ਨ ਦਾ ਟਾਈਮ, ਲਾਡੋ ਕਿੱਥੇ ਗਈ? ਉਹ ਦੇਖ ਲਾਡੋ ਤੁਰੀ ਆ ਰਹੀ ਆ, ਬੈਗ ਚੱਕਣ ਆਈ ਆ। ਦੇਖੋ ਬੈਗ ਚੱਕ ਕੇ ਹੁਣ ਇਹਦੀ ਟਿਊਸ਼ਨ ਦਾ ਟਾਈਮ ਹੋ ਗਿਆ। ਆਹ ਖਾ ਰਹੀ ਆ ਸੈਂਡਵਿਚ ਅਤੇ ਇਹ ਚਾਹ ਦੀ ਵੇਟ ਕਰ ਰਿਹਾ। ਮੰਮੀ ਇਹਦੀ ਇਹਦੀ ਚਾਹ ਠੰਡੀ ਕਰ ਰਹੀ ਆ। ਚੱਲ ਰਿਹਾ ਕਾਰਟੂਨ, ਇਹਦੀ ਮਾਂ ਇਹਨੂੰ ਠੰਡਾ ਠੰਡੀ ਕਰਕੇ ਚਾਹ ਲੈ ਕੇ ਆਈ ਹੈ, ਕਹਿੰਦਾ ਮੈਂ ਗਰਮ ਹਾਂ। ਅਤੇ ਹੁਣ ਇਹਨੂੰ ਦਿੱਤੀ ਹੈ ਪੀ ਰਿਹਾ, ਨਾਲ ਨਾਲ ਦੇਖ ਰਿਹਾ ਕਾਰਟੂਨ। ਅਤੇ ਸ਼ਾਮੀ ਜਦੋਂ ਮੈਂ ਆਇਆ ਸੀ ਉਸ ਤੋਂ ਬਾਅਦ ਫਿਰ ਰੋਟੀ ਰੋਟੀ ਖਾ ਕੇ ਫਿਰ ਮੈਂ ਕਿਤੇ ਕੰਮ ਚਲਾ ਗਿਆ ਯਾਰ। ਕੰਮ ਜਾਣ ਤੋਂ ਬਾਅਦ ਫਿਰ ਮੈਂ ਮੁੰਡੇ ਨੂੰ ਮਿਲਿਆ ਸੀਗਾ, ਮੁੰਡੇ ਮਿਲਣ ਤੋਂ ਬਾਅਦ ਫਿਰ ਮੈਂ ਆ ਗਿਆ ਸੀ ਵਾਪਸ। ਉਸ ਤੋਂ ਬਾਅਦ ਮੈਂ ਵੀਡੀਓ ਬਣਾਈ ਹੀ ਨਹੀਂ ਯਾਰ, ਮੈਨੂੰ ਯਾਦ ਹੀ ਨਹੀਂ ਰਿਹਾ। ਹੁਣੇ ਹੁਣੇ ਮੈਂ ਆਇਆ ਸੀ ਕਿਤੋਂ ਵਾਪਸ ਮੈਂ ਮਿਲ ਕੇ ਕਿਸੇ ਨੂੰ, ਅਤੇ ਆ ਕੇ ਮੈਂ ਦੇਖਿਆ ਪਹਿਲਾਂ ਵੀਡੀਓ ਅਟੈਂਡ ਕਰ ਦਈਏ। ਚਲੋ ਜੋ ਵੀ ਦਿਖਾਤਾ ਤੁਹਾਨੂੰ ਮੈਂ, ਚਲ ਜਿੰਨਾ ਵੀ ਆ ਸਭ ਠੀਕ ਹੀ ਹੈ। ਅਤੇ ਦਿਖਾਉਣਾ ਸੀਗਾ ਫੈਮਿਲੀ 'ਚ ਅਸੀਂ ਕੀ ਕਰਦੇ ਕੀ ਨਹੀਂ ਕਰਦੇ ਸਾਰੇ ਦਿਨ, ਹੈ ਨਾ। ਅਤੇ ਹੋਪ ਕਰਦੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਏਗੀ, ਅਗਰ ਵਧੀਆ ਲੱਗੀ ਹੈ ਤਾਂ ਲਾਈਕ ਜ਼ਰੂਰ ਕਰਿਓ, ਚੈਨਲ 'ਤੇ ਨਵੇਂ ਸਬਸਕ੍ਰਾਈਬ ਕਰਿਓ। ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਵਿੱਚ, ਸਤਿ ਸ਼੍ਰੀ ਅਕਾਲ, ਧੰਨਵਾਦ। ਕੀ ਕਿਹਾ? ਲਾਈਕ ਕਰ ਦੋ ਬਾਈ, ਕਹਿ ਤਾ ਨਿਆਣੇ ਨੇ ਹੁਣ ਤਾਂ ਕਰ ਦੋ।